ਤੋਂ ਸਕੂਲਾਂ ਨੂੰ ਲੈ ਕੇ ਕੱਲ੍ਹ ਤੋਂ ਇੱਕ ਪ੍ਰੈਸ ਨੋਟ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਸੀ, ਜਿਹਦੇ ਵਿੱਚ ਦੋਸਤੋ ਲਿਖਿਆ ਹੋਇਆ ਸੀਗਾ ਕਿ ਹੁਣ ਇਸੇ ਦਿਨ ਇਹੀ ਕਲਾਸਾਂ ਦੀਆਂ ਜਮਾਤਾਂ ਲੱਗਣਗੀਆਂ, ਠੀਕ ਹੈ ਜੀ, ਅਤੇ ਇਸ ਦਿਨ ਇਹਨਾਂ ਜਮਾਤਾਂ ਦੀਆਂ ਹੀ ਕਲਾਸਾਂ ਲੱਗਣਗੀਆਂ। ਤਾਂ ਦੋਸਤੋ ਕਾਫੀ ਜ਼ਿਆਦਾ ਕਮੈਂਟ ਆ ਰਹੇ ਸੀਗੇ ਕਿ ਸਰ ਸਾਡੇ ਸਕੂਲ ਵਾਲਿਆਂ ਨੇ ਤਾਂ ਕੁਛ ਦੱਸਿਆ ਨਹੀਂ ਸਾਨੂੰ, ਠੀਕ ਹੈ ਜੀ, ਇਹ ਕਿਤੇ ਫੇਕ ਤਾਂ ਨਹੀਂਗਾ, ਇਹ ਫੇਕ ਹੀ ਆ ਸਰ, ਠੀਕ ਹੈ ਜੀ। ਤਾਂ ਦੋਸਤੋ ਦੇਖੋ ਇਹ ਫੇਕ ਨਹੀਂ ਹੈਗਾ, ਠੀਕ ਹੈ ਜੀ, ਅਖਬਾਰ ਦੇ ਵਿੱਚ ਵੀ ਖਬਰ ਆਈ ਆ। ਪਰ ਦੋਸਤੋ ਤੁਸੀਂ ਇੱਕ ਗੱਲ ਧਿਆਨ ਰੱਖਣੀ ਆ, ਤਾਂ ਦੋਸਤੋ ਇਹ ਜਿਹੜਾ ਨੋਟਿਸ ਆਇਆ ਸੀ, ਠੀਕ ਹੈ ਜੀ, ਇਹ ਪੂਰੇ ਪੰਜਾਬ ਤੇ ਲਾਗੂ ਨਹੀਂ ਹੋ ਸਕਦਾ। ਕਿਉਂ? ਕਿਉਂਕਿ ਦੋਸਤੋ ਇਹ ਜਿਹੜਾ ਨੋਟਿਸ ਸੀਗਾ, ਠੀਕ ਹੈ ਜੀ, ਇੱਕ ਕਿਸੇ ਪਾਰਟੀਕੂਲਰ ਸਕੂਲ ਨੇ, ਸਿਰਫ ਇੱਕ ਸਕੂਲ ਨੇ, ਠੀਕ ਹੈ ਜੀ, ਆਪਣੇ ਲੈਵਲ ਦੇ ਜਿਹੜੇ ਵਿਦਿਆਰਥੀ ਹੁੰਦੇ ਨੇ, ਸਿਰਫ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਦੱਸਣ ਦੇ ਲਈ, ਠੀਕ ਹੈ ਜੀ, ਇਹ ਲੈਟਰ ਜਾਰੀ ਕੀਤਾ ਸੀ। ਤਾਂ ਦੋਸਤੋ ਹੋ ਸਕਦਾ ਕਿ ਤੁਹਾਡੇ ਸਕੂਲ ਵਾਲੇ ਵੀ ਅਲੱਗ ਤੋਂ ਕੋਈ ਨੋਟਿਸ ਜਾਰੀ ਕਰਕੇ ਤੁਹਾਨੂੰ ਦੱਸਣ ਕਿ ਤੁਸੀਂ ਇਸ ਦਿਨ ਹੀ ਸਕੂਲ ਆਉਣਾ ਵਾ। ਬਾਕੀ ਦੋਸਤੋ ਅਜੇ ਤੁਹਾਡੇ ਸਕੂਲ ਵਾਲੇ ਨੇ ਨਹੀਂ ਦੱਸਿਆ ਤਾਂ ਕੋਈ ਚਿੰਤਾ ਵਾਲੀ ਗੱਲ ਨਹੀਂ, ਠੀਕ ਹੈ ਜੀ। ਤਾਂ ਹੋ ਸਕਦਾ ਦੋਸਤੋ ਦੱਸਣ ਜਾਂ ਨਾ ਵੀ ਦੱਸਣ, ਠੀਕ ਹੈ ਜੀ, ਇਹ ਸਕੂਲ ਦੀ ਸਮਰੱਥਾ ਦੇ ਅਕੋਰਡਿੰਗ ਆ, ਕਿਉਂਕਿ ਪੰਜਾਬ ਸਰਕਾਰ ਨੇ ਉਹਨਾਂ ਨੂੰ ਕਿਹਾ ਵਾ, ਠੀਕ ਹੈ ਜੀ। ਤਾਂ ਦੋਸਤੋ ਉਹ ਪੰਜਾਬ ਸਰਕਾਰ ਦੀ ਹਦਾਇਤਾਂ ਦੇ ਅਨੁਸਾਰ ਹੀ ਇਸ ਇੱਕ ਸਕੂਲ ਨੇ, ਠੀਕ ਹੈ ਜੀ, ਆਪਣੇ ਵਿਦਿਆਰਥੀਆਂ ਨੂੰ ਦੱਸਣ ਦੇ ਲਈ, ਠੀਕ ਹੈ ਜੀ, ਆਹ ਨੋਟਿਸ ਜਾਰੀ ਕੀਤਾ ਸੀ। ਤਾਂ ਦੋਸਤੋ ਆਪਾਂ ਇਹ ਨਹੀਂ ਕਹਿ ਸਕਦੇ ਕਿ ਹੁਣ ਇਹ ਪੂਰੇ ਪੰਜਾਬ ਤੇ ਲਾਗੂ ਹੋਵੇਗਾ ਇਹ ਨਿਯਮ, ਠੀਕ ਹੈ ਜੀ। ਤਾਂ ਦੋਸਤੋ ਹਰ ਸਕੂਲ ਆਪਣੇ ਲੈਵਲ ਤੇ ਨਿਯਮ ਬਣਾ ਸਕਦਾ ਵਾ, ਠੀਕ ਹੈ ਜੀ, ਤੇ ਤੁਹਾਨੂੰ ਉਹ ਦੱਸ ਦੇਣਗੇ, ਠੀਕ ਹੈ ਜੀ। ਪੂਰੇ ਪੰਜਾਬ ਤੇ ਤਾਂ ਇਹ ਲਾਗੂ ਨਹੀਂ ਹੋਏਗਾ, ਠੀਕ ਹੈ ਜੀ। ਬਾਕੀ ਦੋਸਤੋ ਇਹ ਖਬਰ ਪੂਰੀ ਓਰਿਜਨਲ ਆ, ਅਖਬਾਰ ਦੇ ਵਿੱਚ ਵੀ ਇਹ ਖਬਰ ਆਈ ਹੈ ਜੋ ਕਿ ਉਸ ਪ੍ਰੈਸ ਨੋਟ ਦੇ ਵਿੱਚ ਲਿਖੀ ਹੋਈ ਹੈ ਕਿ 8ਵੀਂ 10ਵੀਂ 12ਵੀਂ ਦੀਆਂ ਪੜ੍ਹਾਈ ਹਫ਼ਤੇ 'ਚ 4 ਦਿਨ, ਠੀਕ ਹੈ ਜੀ। ਤਾਂ ਦੋਸਤੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜਿਹੜਾ ਪ੍ਰੈਸ ਨੋਟ ਦੇ ਵਿੱਚ ਲਿਖਿਆ ਹੋਇਆ ਸੀਗਾ ਕਿ ਪੜ੍ਹਾਈ ਦੇ ਵਿੱਚ ਆਉਂਦੇ ਨੇ ਡਾਊਟਸ ਤਾਂ 5 ਸੈਕਿੰਡ ਦੇ ਅੰਦਰ ਡਾਊਟਨਟ ਦੇ ਨਾਲ ਉਹਨਾਂ ਨੂੰ ਕਰੋ ਆਊਟ। ਬਸ ਆਪਣੇ ਸਵਾਲ ਦੀ ਫੋਟੋ ਖਿੱਚੋ, ਕ੍ਰੌਪ ਕਰੋ ਤੇ ਤੁਰੰਤ ਵੀਡੀਓ ਸੋਲੂਸ਼ਨ ਪਾਓ। ਫਿਰ ਚਾਹੇ ਤੁਹਾਡਾ ਕੁਐਸਚਨ ਹੋਵੇ ਫਿਜ਼ਿਕਸ ਦਾ, ਕੈਮਿਸਟਰੀ ਦਾ, ਮੈਥ ਦਾ, ਬਾਇਓਲੋਜੀ ਦਾ, ਜਾਂ ਫਿਰ ਸੀਬੀਐਸਈ ਬੋਰਡ ਯੂਪੀ, ਬਿਹਾਰ, ਮਹਾਰਾਸ਼ਟਰ, ਰਾਜਸਥਾਨ, ਐਮਪੀ, ਭਾਵੇਂ ਕਿਸੇ ਵੀ ਸਟੇਟ ਬੋਰਡ ਦਾ, ਜਾਂ ਫਿਰ ਕਲਾਸ 6ਵੀਂ ਤੋਂ 12ਵੀਂ ਆਈਆਈਟੀ ਜੇਈ ਨੀਟ ਦਾ ਸਵਾਲ ਹੋਵੇ, ਤਾਂ ਸਾਰੇ ਸਵਾਲਾਂ ਦਾ ਵੀਡੀਓ ਸੋਲੂਸ਼ਨ ਤੁਹਾਨੂੰ ਮਿਲੇਗਾ ਸਿਰਫ 5 ਸੈਕਿੰਡ ਦੇ ਅੰਦਰ ਡਾਊਟਨਟ ਐਪ ਤੇ। ਇਸ ਦੇ ਨਾਲ ਹੀ ਡਾਊਟਨਟ ਤੇ ਚੱਲ ਰਹੀ ਹੈ ਇੰਡੀਆ ਦੀ ਨੰਬਰ 1 ਡੇਲੀ ਆਨਲਾਈਨ ਵੀਡੀਓ ਕਲਾਸਿਸ, ਉਹ ਵੀ ਇੰਗਲਿਸ਼ ਅਤੇ ਹਿੰਦੀ ਮੀਡੀਅਮ ਦੇ ਵਿੱਚ, ਜਿੱਥੇ ਤੁਹਾਨੂੰ ਸਾਰਾ ਕੋਰਸ ਪੜਾਇਆ ਜਾ ਰਿਹਾ ਹੈ। ਅੱਜ ਹੀ ਇਹਨਾਂ ਕੋਰਸ ਦਾ ਹਿੱਸਾ ਬਣੋ ਤੇ ਡਾਊਟਨਟ ਐਪ ਨੂੰ ਇੰਸਟਾਲ ਕਰੋ। ਦੋਸਤੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜਿਹੜਾ ਪ੍ਰੈਸ ਨੋਟ ਦੇ ਵਿੱਚ ਲਿਖਿਆ ਹੋਇਆ ਸੀਗਾ 8ਵੀਂ 10ਵੀਂ 12ਵੀਂ ਦੀਆਂ ਜਮਾਤਾਂ ਹਫ਼ਤੇ 'ਚ 4 ਦਿਨ, ਮੰਗਲਵਾਰ, ਬੁੱਧਵਾਰ, ਸ਼ੁੱਕਰਵਾਰ ਤੇ ਸ਼ਨੀਵਾਰ ਨੂੰ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਦੋਸਤੋ 6ਵੀਂ 7ਵੀਂ 9ਵੀਂ 11ਵੀਂ ਦੀ ਜਮਾਤਾਂ ਸਿਰਫ 2 ਦਿਨ, ਸੋਮਵਾਰ ਤੇ ਵੀਰਵਾਰ ਨੂੰ ਲੱਗਣਗੀਆਂ, ਠੀਕ ਹੈ ਜੀ। ਸਿੱਖਿਆ ਵਿਭਾਗ ਨੇ ਸਕੂਲਾਂ ਵਿੱਚ ਰੋਜ਼ਾਨਾ 10,000 ਕੋਵਿਡ ਟੈਸਟ ਕਰਵਾਉਣ ਦਾ ਫੈਸਲਾ ਵੀ ਕੀਤਾ। ਤੋਂ ਇਹ ਖਬਰ ਹੈਗੀ ਹੈ ਸਟੇਟ ਬਿਊਰੋ ਚੰਡੀਗੜ੍ਹ, ਕੋਰੋਨਾ ਦੀ ਦੂਜੀ ਲਹਿਰ ਤੋਂ ਪਹਿਲਾਂ ਸਕੂਲ ਖੋਲ੍ਹਣ ਤੋਂ ਉਸ ਕਾਰਨ ਵਿਦਿਆਰਥੀਆਂ ਦੇ ਕੋਰੋਨਾ ਦੀ ਲਪੇਟ ਵਿੱਚ ਆਉਣ ਵਰਗੀਆਂ ਘਟਨਾਵਾਂ ਤੋਂ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਬਕ ਲਿਆ। ਸੂਬੇ ਵਿੱਚ ਪੰਜਾਬ ਸਰਕਾਰ ਦੇ ਸਕੂਲ ਖੋਲ੍ਹਣ ਦੇ ਫੈਸਲੇ ਤੇ ਕਰੀਬ ਇੱਕ ਹਫ਼ਤਾ ਬਾਅਦ ਸਿੱਖਿਆ ਵਿਭਾਗ ਨੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਨੂੰ ਘੱਟ ਕਰਨ ਲਈ, ਠੀਕ ਹੈ ਜੀ, ਜਮਾਤਾਂ ਨੂੰ 2 ਹਿੱਸਿਆਂ ਵਿੱਚ ਵੰਡ ਦਾ ਫੈਸਲਾ ਕੀਤਾ ਵਾ, ਠੀਕ ਹੈ ਜੀ। ਤਾਂ ਦੋਸਤੋ ਦੇਖੋ ਇਹ ਪੂਰੇ ਪੰਜਾਬ ਤੇ ਤਾਂ ਲਾਗੂ ਨਹੀਂ ਹੋ ਸਕਦਾ, ਠੀਕ ਹੈ ਜੀ, ਕਿਸੇ ਇੱਕ ਪਾਰਟੀਕੂਲਰ ਸਕੂਲ ਨੇ ਆਪਣੇ, ਠੀਕ ਹੈ ਜੀ, ਵਿਦਿਆਰਥੀਆਂ ਨੂੰ ਦੱਸਣ ਦੇ ਲਈ ਇਹ ਨੋਟਿਸ ਜਾਰੀ ਕੀਤਾ ਸੀ, ਠੀਕ ਹੈ ਜੀ। ਤਾਂ ਦੋਸਤੋ ਹੋ ਸਕਦਾ ਕਿ ਤੁਹਾਡੇ ਸਕੂਲ ਵਾਲੇ ਵੀ ਤੁਹਾਨੂੰ ਦੱਸ ਦੇਣ ਕੁਛ ਕੁ ਦਿਨਾਂ ਦੇ ਵਿੱਚ। ਬਾਕੀ ਦੋਸਤੋ ਜਿਵੇਂ ਜੇ ਤੁਹਾਡਾ ਚੱਲ ਰਹੇ ਸੀ ਉਵੇਂ ਹੀ ਤੁਸੀਂ ਚੱਲੋ, ਠੀਕ ਹੈ ਜੀ, ਹੋ ਸਕਦਾ ਤੁਹਾਨੂੰ ਵੀ ਦੱਸ ਦੇਣ ਜਾਂ ਨਾ ਦੱਸਣ, ਠੀਕ ਹੈ ਜੀ, ਉਹ ਸਕੂਲ ਦੀ ਸਮਰੱਥਾ ਦੇ ਅਕੋਰਡਿੰਗ ਹੈਗਾ ਵਾ, ਠੀਕ ਹੈ ਜੀ। ਬਾਕੀ ਦੋਸਤੋ ਆਹੀ ਦੱਸਣਾ ਸੀਗਾ ਕਿਉਂਕਿ ਕਾਫੀ ਜ਼ਿਆਦਾ ਕਮੈਂਟ ਆ ਰਹੇ ਸੀਗੇ ਕਿ ਸਰ ਇਹ ਫੇਕ ਆ ਫੇਕ ਆ ਫੇਕ ਨਹੀਂ ਗਾ। ਦੋਸਤੋ ਇਹ ਕਿਸੇ ਇੱਕ ਪਾਰਟੀਕੂਲਰ ਸਕੂਲ ਨੇ ਆਪਣੇ ਵਿਦਿਆਰਥੀਆਂ ਨੂੰ ਦੱਸਣ ਦੇ ਲਈ ਜਾਰੀ ਕੀਤਾ ਸੀ, ਠੀਕ ਹੈ ਜੀ, ਇਹੀ ਗੱਲ ਤੁਹਾਨੂੰ ਕਲੀਅਰ ਕਰਨੀ ਸੀ। ਓਕੇ ਦੋਸਤੋ, ਚਲੋ ਠੀਕ ਹੈ ਜੀ, ਬਾਕੀ ਦੇਖਦੇ ਹਾਂ ਤੁਹਾਡੇ ਸਕੂਲ ਵਾਲੇ ਤੁਹਾਨੂੰ ਕੀ ਦੱਸਦੇ ਨੇ, ਠੀਕ ਹੈ ਜੀ। ਬਾਕੀ ਸਾਡੇ ਕੋਲ ਕੋਈ ਇਨਫੋਰਮੇਸ਼ਨ ਆਉਂਦੀ ਆ ਤਾਂ ਤੁਹਾਨੂੰ ਜ਼ਰੂਰ ਸਾਂਝੀ ਕਰਾਂਗੇ। ਓਕੇ ਦੋਸਤੋ, ਚਲੋ ਠੀਕ ਹੈ ਜੀ, ਚੰਗਾ, ਸਤਿ ਸ਼੍ਰੀ ਅਕਾਲ।